ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਕਰਦੇ ਸਾਰੇ ਜਣੇ ਵਧੀਆ ਹੋਵੋਗੇ। ਅਸੀਂ ਵੀ ਪੂਰੇ ਵਧੀਆ ਵਾਂ। ਸਵਾਗਤ ਆ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਵਲੋਗ ਦੇ ਵਿੱਚ। ਅੱਜ ਦੇ ਵਲੋਗ ਦਾ ਟੋਪਿਕ ਕੀ ਆ, ਸੋ ਅੱਗੇ ਅੱਗੇ ਵਲੋਗ ਦੇਖੋ ਪਤਾ ਲੱਗ ਜੂਗਾ। ਵਲੋਗ ਦੀ ਕਰਦੇ ਹਾਂ ਆਪਾਂ ਸਟਾਰਟਿੰਗ। ਹਾਂਜੀ, ਹੁਣ ਡੈਡੀ ਸ਼ੈਡੀ ਹੋ ਕੇ ਸਾਰੇ ਆ ਗਏ ਸੀਗੇ, ਅਤੇ ਹੁਣ ਆਪਾਂ ਚੱਲਦੇ ਹਾਂ ਆਪਣੀ ਲੋਕੇਸ਼ਨ 'ਤੇ। ਉੱਥੇ ਜਾ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਕਿੱਥੇ ਆਏ ਹਾਂ ਆਪਾਂ, ਹੈਨਾ। ਹਾਂਜੀ ਵੀ, ਹੁਣ ਆਪਾਂ ਬੜੀ ਮੁਸ਼ਕਿਲ ਨਾਲ ਟ੍ਰੈਫਿਕ 'ਚੋਂ ਨਿਕਲ ਕੇ ਆਪਣੀ ਲੋਕੇਸ਼ਨ 'ਤੇ ਆ ਚੁੱਕੇ ਹਾਂ। ਆਪਣੀ ਲੋਕੇਸ਼ਨ ਕੀ ਆ, ਕੋਈ ਨਾ ਜੁੜੇ ਰਹੋ ਵਲੋਗ ਦੇ ਨਾਲ, ਅੱਗੇ ਅੱਗੇ ਜਾਂਦੇ ਜਾਂਦੇ ਤੁਹਾਨੂੰ ਪਤਾ ਲੱਗ ਜੂਗਾ। ਹਾਂਜੀ ਵੀ, ਅੱਜ ਆਪਾਂ ਆਏ ਹਾਂ ਲੁਧਿਆਣੇ ਦੇ ਫਨ ਫੇਅਰ ਦੇ ਵਿੱਚ, ਜੋ ਕਿ ਪਹਿਲਾਂ ਦੁਗਰੀ ਦੇ ਵਿੱਚ ਲੱਗਿਆ ਸੀਗਾ, ਹੁਣ ਇੱਧਰ ਦਾਣਾ ਮੰਡੀ ਦੇ ਕੋਲੇ ਲੱਗਿਆ ਵਾ। ਸੋ ਕਰਦੇ ਹਾਂ ਇੰਜੋਏ ਨਾਲ ਨਾਲ ਤੁਹਾਨੂੰ ਵੀ। ਹਾਂਜੀ ਵੀ, ਆਪਾਂ ਐਂਟਰ ਹੋ ਗਏ ਸੀਗੇ, ਹੁਣ ਸੋ ਚੱਲੀਏ ਮਾਮੂ। ਹੋਰ ਕੀ, ਕਿੱਡੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਨੇ। ਸਹੀ ਗੱਲ ਆ, ਇੱਧਰ ਦੇਖੋ। ਇਸ ਜਗ੍ਹਾ 'ਤੇ, ਇਸ ਫਨ ਫੇਅਰ 'ਤੇ ਬਹੁਤ ਸਾਰੇ ਐਕਟੀਵਿਟੀਆਂ ਨੇ ਜੀ, ਬੱਚਿਆਂ ਦੇ ਲਈ ਵੀ ਨੇ, ਅਤੇ ਕਾਫੀ ਜ਼ਿਆਦਾ ਸਟਾਲਸ ਵੀ ਲੱਗੀਆਂ ਹੋਈਆਂ ਨੇ, ਖਾਣ ਪੀਣ ਦੀਆਂ ਸਟਾਲਸ ਵੀ ਨੇ, ਲੇਡੀਜ਼ ਲਈ ਵੀ ਆਈਟਮਸ ਹੈਗੀਆਂ ਨੇ, ਜਿਹੜਾ ਲੇਡੀਜ਼ ਨੇ ਕੁਝ ਸਮਾਨ ਸਮੂਨ ਲੈਣਾ ਹੋਵੇ। ਤਾਂ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਦਿਖਾਉਂਦਾ ਜੀ, ਅਤੇ ਇੱਕ ਵਾਰੀ ਜ਼ਰੂਰ ਬੱਚੇ ਨੂੰ ਇੱਥੇ ਲੈ ਕੇ ਆਇਓ, ਬਹੁਤ ਸੋਹਣੀ ਚੀਜ਼ ਹੈ ਜੀ ਇੱਥੇ ਲੁਧਿਆਣਾ ਦੇ। ਇਹ ਦਾਣਾ ਮੰਡੀ, ਚਾਹੇ ਲੁਧਿਆਣਾ ਦਾਣਾ ਮੰਡੀ। ਆਹ ਦੇਖੋ ਜੀ, ਕਿੰਨੇ ਸੋਹਣੇ ਸੋਹਣੇ ਪੋਟ ਪਏ ਨੇ, ਇਹ ਸਾਰੇ ਫਲਾਵਰ ਪੋਟਸ ਨੇ ਇਸ ਸਟਾਲ ਦੇ ਉੱਤੇ। ਆਪਾਂ ਇਹ ਬਾਈ ਨੂੰ ਪੁੱਛਦੇ ਕੀ ਰੇਟ ਰੂਟ ਕੀ ਆ, ਕੀ ਪ੍ਰਾਈਸ ਪ੍ਰੂਈਸ ਕੀ, ਇਹਨਾਂ ਦਾ ਰੇਟ ਕੀ ਆ? 220 ਕੇ 6 180 ਕੇ 6 ਔਰ ਇਹ ਵਾਲਾ 80 ਰੁਪਏ ਕਾ ਹੈ, 100 ਰੁਪਏ ਕਾ ਹੈ ਇਹ, 80 ਕਾ ਹੈ ਇੱਕ, 100 ਕਾ ਹੈ 120। ਇਹ ਬਲੈਕ ਵਾਲਾ, ਇਹ ਵਾਲਾ 100 ਰੁਪਏ ਕਾ। ਇਹਦਾ ਅਲੱਗ ਅਲੱਗ ਰੇਟ ਦੇ ਨੇ ਜੀ ਬਾਈ ਦੇ ਕੋਲ। ਉੱਧਰ ਚੰਡੋਲ ਲੱਗਿਆ, ਉੱਧਰ ਆਪਾਂ ਬਾਅਦ 'ਚ ਜਾਂਦੇ ਹਾਂ, ਉਹ ਪਹਿਲਾਂ ਦੇਖਦੇ ਹਾਂ। ਇੱਧਰ ਮਾਮੀ ਉਹਨਾਂ ਨੂੰ ਕੁਛ ਪਸੰਦ ਆਊਗਾ ਤਾਂ ਲੈ ਲੈਣਗੇ। ਇਹ ਲਾਈਟ ਵਾਲਾ ਕੀ ਪ੍ਰਾਈਜ਼ ਆ? 500 ਕਾ। ਅਲੱਗ ਅਲੱਗ ਪ੍ਰਾਈਜ਼ ਆ, 200, 100, 200, 250, 500 ਬਾਈ ਹੁਣੀ ਨਜ਼ਾਰੇ ਲੈਂਦੇ ਪਏ ਆ ਕੈਮਲ ਰਾਈਡ ਦੇ। ਆਈ ਜਾਂਦੇ ਨਜ਼ਾਰੇ ਬਾਈ ਜੀ, ਕਿਹੜੇ ਵਲੋਗ ਤੇ ਆਊਗਾ ਜੀ? ਐਨਐਫ ਬੱਚਿਆਂ ਲਈ ਜੰਪਿੰਗ ਪੁਆਇੰਟ ਆ ਜੀ। ਨੂਰ ਨੂੰ ਦਵਾ ਦੇ ਹਰ ਵੀ ਇੱਥੇ, ਨੂਰ ਮਿੱਕੀ ਮਾਊਸ ਤੇ ਝੂਟੇ ਲਊਗਾ। ਕਿੰਨੇ ਚਾਰਜ ਨੇ? 50 ਰੁਪੀਸ ਇੱਕ ਬੱਚੇ ਦੇ, ਇੱਕ ਬੱਚੇ ਦੇ 50 ਰੁਪੀਸ ਚਾਰਜ। ਕਿੰਨੇ ਟਾਈਮ ਦਾ? ਅੱਛਾ, ਜਦੋਂ ਤੱਕ ਬੱਚਾ ਥੱਕਣਾ ਉਨਾ ਟਾਈਮ ਨਹੀਂ ਥੱਕਣਾ, 1-2 ਵਜੇ ਤੱਕ। ਨੂਰ ਤੇ ਜਸ਼ਨ ਪੂਰਾ ਇੰਜੋਏ ਕਰਦੇ ਹੋਏ ਤੇ, ਓਏ ਬਸ ਬਸ ਆ ਦੇਖੋ ਇਹ ਭੂਤ ਆ ਗਿਆ। ਬੱਚਿਆਂ ਲਈ ਬੜਾ ਸੋਹਣਾ ਐਕਟੀਵਿਟੀ ਪੁਆਇੰਟ ਆ ਜੀ ਇਹ, ਬਹੁਤ ਹੀ ਸੋਹਣਾ। ਜਸ਼ਨ ਹੁਣ ਲੈਣ ਲੱਗਿਆ ਇੱਧਰ ਝੂਟੇ, ਕਿੱਧਰ ਲੈਣ ਲੱਗਿਆ ਜਸ਼ਨ ਝੂਟੇ? ਡਰੈਗਨ ਤੇ ਇਹ ਜਸ਼ਨ ਕਰ ਲੱਗਾ ਬਾਰਗਨਿੰਗ, ਇਹਦਾ ਉਹ ਕਹਿੰਦਾ 50 ਰੁਪਏ ਦੀ ਟਿਕਟ ਆ, ਤੇ ਇਹ ਦੋਨੇ 100 ਰੁਪਏ ਕਹਿੰਦੇ 40-40 ਲੈਣਾ, ਇਹ ਬਾਰਗਨਿੰਗ ਕਰਨ ਲੱਗੇ ਹੋਏ ਨੇ। ਅਸੀਂ 10% ਡਿਸਕਾਊਂਟ ਮੰਗਦੇ ਇਹਨਾਂ ਤੋਂ। ਸੋ ਆਪਾਂ ਡਰੈਗਨ ਤੇ ਬੈਠ ਚੁੱਕੇ ਆ, 3 ਜਣੇ ਸਟਾਰਟ ਕਰ। ਉਹ ਹੋ ਗਿਆ ਸਟਾਰਟ, ਓਏ ਆ ਕੀ ਆ, ਓਏ ਆ ਕੀ ਆ, ਓਏ ਇਹ ਤਾਂ ਸਾਡੇ ਦਾ ਮਕੂੜ ਹੀ ਹੋ ਗਿਆ। ਹੌਲੀ ਚਲਾ, ਮੈਨੂੰ ਘਬਰਾਹਟ ਹੁੰਦੀ ਆ, ਹਾਏ ਤਾਂ ਧੱਕੇ ਮਾਰਦੀ ਆ, ਮੈਂ ਰੋਕਦੇ। ਉਹ ਮੇਰਾ ਫੋਨ ਨਾ ਚਲਾ ਦੀ 80,000 ਦਾ। ਇੰਜੋਏ ਕਰਦੇ ਹੋਏ ਤਿੰਨੇ ਜਣੇ ਅਸੀਂ, ਡਰੈਗਨ ਵਾਲਾ ਐਕਸਪੀਰੀਅੰਸ ਕਿੱਦਾਂ ਰਹਿ ਰਿਹਾ ਆਪਣਾ? ਡਰੈਗਨ ਟ੍ਰੇਨ ਇਹਦੀ ਟਿਕਟ ਕਿੰਨੀ ਹੈ ਭਈਆ? 70 ਰੁਪਈਏ ਇੱਕ ਰਾਊਂਡ ਦੇ, 70 ਰੁਪਈਆ ਜੀ ਇਸ ਦੀ, ਡਰੈਗਨ ਟ੍ਰੇਲ ਦੀ। ਡਰੈਗਨ ਟ੍ਰੇਨ
ਉਧਰ ਸਾਡੀ ਸਲਾਹ ਹੋ ਰਹੀ ਆ ਕਿੱਥੇ ਕਿੱਥੇ ਝੂਟੇ ਲਈਏ ਕਿੱਥੇ ਕਿੱਥੇ ਲੈਣੇ ਆ ਬਈ ਕਿਨੇ ਕਿਨੇ ਮੈਂ ਵੱਡੇ ਵਾਲੇ ਕੋਈ ਨਾ ਤੁਹਾਡੀ ਸੋ ਹਾਂਜੀ ਮੈਂ ਮੇਲੇ ਆਇਆ ਸੀ ਇਹਨਾਂ ਨੇ ਮੈਨੂੰ ਬਾਈਕ ਨਵੀਂ ਲੈ ਕੇ ਦਿੱਤੀ ਕਿਹੜੀ ਲੈ ਕੇ ਦਿੱਤੀ ਆ ਦੇਖ ਲਓ ਸੋ ਪਹਿਲਾਂ ਸਾਡਾ ਜੰਡੋਲ ਦਾ ਕੈਂਸਲ ਹੋ ਗਿਆ ਸੀਗਾ ਔਰ ਮੈਂ ਤੇ ਮੇਰੀ ਸਿਸਟਰ ਜਾਊਗੇ ਕਿਸ਼ਤੀ ਕਿਸ਼ਤੀ ਤੇ ਉਹ ਇਹ ਰਹੀ ਕਿਸ਼ਤੀ ਇਹ ਰਹੇ ਹਮ काफ़ी सारे स्टॉल खाने पीने वाले स्टॉल लगे हुई हैं बच्चों झूले ने तो लेडीज़ के लिए शॉपिंग छोटी छोटी शॉपिंग भी स्टॉल भी लगे हाँ जी गाइस हूँ आप किश्ती तो आ गए थे थले हूँ आप चलते हैं ब्रेक डांस से सो इधर इधर जाके देखते हैं कितना क डर लगता सो आप वाहगुरू तो मैं वैसे ही कह लग गया पता तो थोनों भी लग गया मैं डर गया वो बाली उपर नू जाती थी ता करके मैं डर गया हूँ चलते हैं आप ब्रेक डांस से खानी कप प्लेट जो भी थी उन्हें कहें सो आप चलते हैं उत्ते जाके मिलते हैं लो भी सारे आने रेडी शेडी हो सो ये सू पता नहीं कितना खुलना मैं सो बैठते हैं तो फिर आप सैट बैट हूँ सो बैठ के मैं ब्लॉगिंग करता सो इधरले पास व्यू चेक करो सो ये दोवें शराबी इधर बह गई मैं ते मामी बैठे हैं बहुत ही सोहना मेला भाई जी एक बार जरूर बच्चों को लैके जरूर है बहुत ही ज्यादा वधिया ज्यादातर यह ऐटियां अजकल पिंड ही रह गई पर यह जे मेले जो लुधियाने शहर च भी लगते रहना बंदा अपने कल्चर के नाल अपनी पुरानी एक्टिविटी नाल जो बच्चे जुड़े रहते हैं ठीक है ना पूरा इंजॉय करता देख लो किमें चीका वाज दिया इतने तेरी आवाज की होगी मैं ते नूर ने बाहर नजारे ले इन्होंने अंदर ले पर इन्होंने बड़े अभी बाहर खड़े चीक मारी गए इन्होंने देख देख के पर वधिया सीगा वधिया एक्टिविटी है भी पर तेज भरी जाया सी उन्हें मैं उन्होंने कहा कुटूंगा हूं मैं कुटेगा कहता तेज बहुत चला कहता मैं कुटूंगा उठ आके किन्ना बहुत ज्यादा बहुत मजा आया होर लेने
ਹੋਰ ਝੂਟੇ ਲਏਗਾ ਨਹੀਂ ਭਾਈ ਜੀ ਫਿਰ ਆਪਾਂ ਕੁਝ ਖਾ ਵੀ ਲਈਏ ਕੀ ਖਾਣੇ ਪੀਣੇ ਫਿਰ ਤੋਂ ਹੋਰ ਦੀ ਰਾਈਡ ਫੇਰ ਸਟਾਰਟ ਹੋ ਗਈ ਕਿੰਨਾ ਮਜ਼ਾ ਆਇਆ ਯਾਰ ਇਹ ਕਹਿੰਦੇ ਆ 4 ਦੇ 5 ਦੇ ਇਹ ਲੈ ਲਈ ਜੇਸੀਬੀ ਨੂਰ ਨੇ ਸ਼ਾਪਿੰਗ ਨੂਰ ਦੀ ਕੰਪਲੀਟ ਹੋ ਗਈ ਹੋਰ ਕੀ ਲੈਣਾ ਹੈਪੀ ਖੁਸ਼ ਹਾਂ मैं तो जशन तंदूरी चाह पीन लगे जी रोस्टड तंदूरी चाह भाई 30 रुपए का भाई इतने पेटीएम से अभी पेमेंट लेता ये भाई हम बना पे वा कुल्लड़ के चाह भाई चाह गरम सी कुल्लड़ गरम सी कुल्लड़ गरम होता चाह तो फट गई तंदूर रखे कुल्लड़ मगते धुआं तह कर भाई ने कुल्लड़ के चाह दी आ गई जी कुल्लड़ चाह सो करते हैं ट्राई बाद दसदे कि मेला चल रहा है नाल नाल कुल्लड़ चाह नज़ारा ही वखरा 30 रुपए की चाह नाल कप फ्री आ रिंग वाली गेम है जी ये रिंग वाली गेम रिंग पाओ किन्ने दे रिंग ने 50 दे 7 लै ला फिर पाला फेयर लवली तो लैके सारिया चीजा है इतने रिंग गेम के देखो फेयर एंड लवली तो लैके सारे साबण सारे पे ने इतने जिसे मर्जी 50 रुपए के 7 मिल जाने जेकर तुम पालोगे 7 दे 7 रिंग पर पेंदे नहीं 7 इतने सारा मनियारी का समान पिया किन्ने रुपए का भाई इतने ना 70 का 70 रुपीज का कुछ भी अच्छा सबका अलग अलग रुपीज कितने से स्टार्ट है 10 रुपए से 70 रुपए तक इतने जी आइटम पी 10 रुपए तो लैके 70 रुपए तक सारी आइटम ने जी कोई भी आइटम तुम ले लो 10 रुपए तो शुरू है तो 70 रुपए तक मैक्सीम तो मैक्सीम 70 रुपए है उपरले पासे भी है ये सारे की रेंज वगैरह ने इतने 6 बॉल सू मिलते पाने जिन्नी वह टोटल नंबर बनता 6 बॉलों का उस मुताबिक तुम सामने जो गिफ्ट पे उन्होंने एक गिफ्ट तुम्हें मिल जाए हूँ ये सारे बच्चे लगे हुए ने नाल हरपे लगे हुए पर मैं पता इन्होंने मिलना कुछ नहीं है इतों ये फिर उ निशानेबाजी बंदूक ये है एस के कॉप शूटिंग कोई हरपे लगी निशाने लाने हम इतने आ चक एक मूंग दाल का चिल्ला डोसा नहीं है सॉरी यार ये चिल्ला वा मूंग दाल का बहुत सारे स्टॉल इतने लगे ने खाने पीने वाली खालसा फूड पॉइंट पंजाब का मशहूर 100 ये वेज है ही सारा अमृतसरी देसी स्वाद देसी न्यूट्री कुलचा वा भरवा कुलचा आटा कुलचा लाहौरी मक्का गुड़ कशीरा गुलाब जामुन किन्ने रुपये भैया के 50 रुपये एक बंदे के सिमी की कैमरा राइड स्टार्ट कैमरा राइड पूरी होगी कंप्लीट होगी आगे वापस बच्चे आप भूत बंगला ही इतने पिज़्ज़ा शॉप है जी ये पिज़्ज़ा के स्टॉल आ जय श्री महाकाल बॉम्बे की बेलपुरी खापी लगी हम भुख ये कहीं पहले कुछ खा पी लीए हम इन आप कुछ स्पैशल खवा दीए जो इतों का है मेले का खापी दिखा रही है स्वीट कॉर्न का पान किसने खाना ईशर खान का पान कितने का पान भैया 30 रुपए का कौन सा इसमें पानी पारी वगैरह तो नहीं डाली ना लै ला फिर मित्र एक पारी मैं एक ट्राई कर दा ये है जी साढ़े लुधियाने का मेला
वेलकम यू इन लुधियाना शॉपिंग एंड मनोरंजन मेला, शॉपिंग एंड मनोरंजन मेला भाई लुधियाने दे विच किथे आ इह दाणा मंडी च। एक बार जरूर इतने विजिट करना। फिर पूरा इंजॉय किया? हाँ जी, असं अपनी फैमिली नाल पूरा इंजॉय किया। तुसी भी आओ रे ते अपनी फैमिली नाल इंजॉय करो, बच्चों नू नाल लेके। सही गल है, बहुत। हाँ जी भी हुण आपां एक साइड ते अपनी कार पार्क करती आ, सो चलदे आं आपां खाण पीण। की खाणा मामी? मैं तो कुछ नहीं खाणा, मेरा तो हुण झूठे लैके बुरा हाल हो गया सारिया का। सो बाद च भी फर्क जिहा पै गया, सो खाने ओए। करता ऑर्डर फिर? नहीं करना। हाँ जी भी हमेशा की तरह सारे टुट गए, हरेक बारी दे मंगू चीज अज भी लेट ही है। व्लॉग किने बनाना सी, अगे कंटिन्यू किने करना सी? हमेशा तरह अज फिर अज रह गया, अज फिर खान लग गए, व्लॉग बनाना भुल गए। सो हाँ जी साढ़े दोवां दी आ गई है जंप। सो हुण तुसीं खा लिया, हुण तुसीं मेरे वल देखो, ठीक है? मैं खाऊंगा, लोड़ नहीं हैगा ठोंग मार दी। नहीं 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 नहीं, मामे हुंदे आ, मामे हुंदे। चलो कोई ना खा लो, चलो भी हुण मैं भी खा ला, नहीं तो इन्होंने चटप कर देनी। मिलते फिर आप अगली बारी एक नवी वीडियो। सत श्री अकाल जी, बाय।